ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਸ਼ਤਾਬਦੀ ਸਮੇਂ 15 ਸਤੰਬਰ ਤੋਂ 18 ਸਤੰਬਰ ਤੱਕ 3 ਦਿਨ ਚੱਲਣ ਵਾਲੇ ਪ੍ਰੋਗਰਾਮ ਸੰਬੰਧੀ ਇੱਕ ਅਹਿਮ ਮੀਟਿੰਗ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਰੱਖੀ ਗਈ। ਇਸ ਮੀਟਿੰਗ ਦੌਰਾਨ ਲਗਭਗ 30 ਸਥਾਨਾਂ ਉੱਪਰ ਵੱਖ ਵੱਖ ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਸ਼ਾਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਲਗਾਏ ਜਾ ਰਹੇ ਲੰਗਰਾਂ, ਉਹਨਾਂ ਦੀ ਦੇਖਰੇਖ ਅਤੇ ਸਥਾਨ ਅਲਾਟ ਕਰਨ ਸੰਬੰਧੀ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਵੱਖ ਵੱਖ ਚੌਂਕਾਂ ਅਤੇ ਮੇਨ ਰੋਡ ਸੰਬੰਧੀ ਸਥਾਨ ਅਲਾਟ ਕੀਤੇ ਜਾਣ ਦੇ ਨਾਲ ਨਾਲ ਸਾਧ ਸੰਗਤ ਨੂੰ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਤਹਿਤ ਖਾਸ ਜ਼ਿੰਮੇਵਾਰ ਆਗੂ ਨੂੰ ਧਿਆਨ ਰੱਖਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਮੇਲੇ ਵਿੱਚ ਕੋਈ ਵੀ ਹੁੱਲੜਬਾਜ਼ੀ ਅਤੇ ਉੱਚੀ ਆਵਾਜ਼ ਵਿੱਚ ਸਪੀਕਰ ਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ। ਤੇ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦੇ ਸੰਬੰਧ ਵਿੱਚ ਸ੍ਰੀ ਗੋਬਿੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਵਿਖੇ ਸਮੂਹ ਸਾਧ ਸੰਗਤ ਸੰਤ ਮਹਾਂਪੁਰਸ਼ ਅਤੇ ਸਭਾ ਸੇਟੀਆਂ ਨਾਲ ਇੱਕ ਲੰਗਰਾਂ ਦੇ ਸੰਬੰਧ ਵਿੱਚ ਜੋ ਦਿਹਾੜਾ ਮਨਾਇਆ ਜਾ ਰਿਹਾ ਉਸ ਸੰਬੰਧ 'ਚ ਬੜੇ ਵੱਡੇ ਪੱਧਰ 'ਤੇ ਮੀਟਿੰਗ ਕੀਤੀ ਗਈ, ਜਿਸ ਸਭਾ ਸੇਟੀਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਵਿੱਚ ਸ਼ਾਮਿਲ ਹੋਏ ਸਹੂਲਤ ਕੀਤੀ। ਉਹਨਾਂ ਨੂੰ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਵੱਖ ਵੱਖ ਸਭਾ ਸੇਟੀਆਂ ਲੰਗਰ ਲਾਏ ਜਾਣੇ ਆ, ਉਹਨਾਂ ਤਕਰੀਬਨ 30 ਦੇ ਕਰੀਬ ਸਭਾ ਸੋਸਾਇਟੀਆਂ ਅੱਜ ਅਤੇ ਸੰਤ ਮਹਾਂਪੁਰਸ਼ ਸ਼ਾਮਿਲ ਹੋਏ ਜਿਨ੍ਹਾਂ ਨੇ ਬੜੇ ਵੱਡੇ ਉਤਸ਼ਾਹ ਨਾਲ ਗੁਰੂ ਅਮਰਦਾਸ ਜੀ ਦੇ ਜਿਹੜੇ 450 ਸਾਲਾਂ ਜੋਤੀ ਜੋਤ ਦੇ ਸੰਬੰਧ ਵਿੱਚ ਅੱਜ ਸਹਿਯੋਗ ਲਈ ਬੇਨਤੀ ਕੀਤੀ ਅਤੇ ਉਹਨਾਂ ਪ੍ਰਵਾਨ ਕੀਤੀ। ਅਸੀਂ ਸਮੂਹ ਸਾਧ ਸੰਗਤ ਅਤੇ ਸਭਾ ਸੋਸਾਇਟੀਆਂ ਅਤੇ ਮਹਾਂਪੁਰਸ਼ਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਆਪਣੇ ਵੱਲੋਂ ਗੁਰੂ ਸਾਹਿਬ ਦੇ ਦਿਹਾੜੇ ਦੇ ਸੰਬੰਧ ਵਿੱਚ ਵੱਡੇ ਪੱਧਰ 'ਤੇ ਲੰਗਰ ਛਬੀਲਾਂ ਆਦਿ ਦੇਣ ਦਾ ਭਰੋਸਾ ਪ੍ਰਗਟ ਕੀਤਾ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਨਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਉਹਨਾਂ ਸਾਰੀਆਂ ਸਭਾਵਾਂ ਧੰਨਵਾਦ ਕਰਦਾ ਅਤੇ ਅੱਗੇ ਤੋਂ ਬੇਨਤੀ ਕਰਦਾ ਵੀ ਆਪ ਨੂੰ ਜੋ ਜੋ ਅਸਥਾਨ ਨੀਤ ਕਰ ਦਿੱਤੇ ਗਏ ਆ ਆਪ ਉਹਨਾਂ ਸਥਾਨਾਂ 'ਤੇ ਆਪੋ ਆਪਣੇ ਬੋਰਡ ਲਾ ਲਏ ਜਾਣ ਤਾਂ ਕਿ ਕਿਸੇ ਕਾਜ ਦੀ ਦੁਬਤਾ ਨਾ ਹੋਵੇ ਅਤੇ ਜੇ ਕੋਈ ਹੋਰ ਸਭਾ ਸੋਸਾਇਟੀ ਵੀ ਲੰਗਰ ਲਾਉਣ ਦੀ ਚਾਹੁਣ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾਂ ਨੂੰ ਹੀ ਉਹਨਾਂ ਦੀ ਆਸ਼ਾ ਅਨੁਸਾਰ ਉਹਨਾਂ ਨੂੰ ਜਿਹੜਾ ਥਾਂ ਅਲਾਟ ਕਰ ਦਿੱਤਾ ਜਾਵੇਗਾ ਤਾਂ ਕਿ ਉਹ ਵੀ ਗੁਰੂ ਸਾਹਿਬ ਦਿਹਾੜੇ 'ਤੇ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਮੀਟਿੰਗ ਸੀ ਜਿਹੜੇ ਸੰਗਤ ਨੇ ਆਉਣਾ ਉਹਨਾਂ ਦੀ ਟਹਿਰ ਭਾਵਨਾ ਅਤੇ ਉਹਨਾਂ ਦੀ ਸੇਵਾ ਅਤੇ ਲੰਗਰਾਂ ਦੇ ਪ੍ਰਬੰਧ ਕਰਨ ਵਾਸਤੇ ਸੁਚਾਰੂ ਤਰੀਕੇ ਨਾਲ ਸੇਵਾ ਭਾਵਨਾ ਕਿਵੇਂ ਲੰਗਰਾਂ ਦੀ ਵੰਡ ਕਿੱਥੇ ਕਿੱਥੇ ਕਿਹੜੀ ਕਿਹੜੀ ਦਿਸ਼ਾ 'ਚ ਜਿੱਥੇ ਜਿੱਥੋਂ ਲੋਕ ਆਉਣਾ ਅਤੇ ਜਿੱਥੇ ਜਿੱਥੇ ਲੱਗ ਜਾਣ ਉਸ ਸੌਖੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਗੁਰੂ ਦਾ ਲੰਗਰ ਹੈ ਉਹ ਵਰਤਿਆ ਜਾ ਸਕੇ ਤਾਂ ਕਿ ਸੰਗਤ ਨੇ ਜਿਹਨੇ ਛਕਣਾ ਉਹ ਵੀ ਸ਼ਰਧਾ ਭਾਵਨਾ ਨਾਲ ਬੜੇ ਸਜਿਆ ਅਤੇ ਸੱਜੇ ਤਰੀਕੇ ਨਾਲ ਛਕ ਸਕਣ ਤਾਂ ਕਿ ਬਹੁਤਾ ਕਿਤੇ ਮਸਾੜ ਨਾ ਮੱਚੇ, ਕਿਤੇ ਇਹ ਨਾ ਕਿਸੇ ਨੂੰ ਪ੍ਰਸ਼ਾਦਾ ਮਿਲੇ, ਕਿਸੇ ਨੂੰ ਨਾ ਮਿਲੇ। ਇਹ ਸਾਰੇ ਪ੍ਰਬੰਧ ਵਾਸਤੇ ਅੱਜ ਸਾਰੀਆਂ ਸੰਪਰਦਾਵਾਂ ਨੇ ਸੱਦਿਆ ਸੀਗਾ ਸਾਰਿਆਂ ਨੂੰ ਉਹਨਾਂ ਨੇ ਲੰਗਰ ਵਾਸਤੇ ਜਿਹੜੀ ਜਿਹੜੀ ਦਿਸ਼ਾ 'ਚ ਸੰਗਤ ਨੇ ਆਉਣਾ ਉਸੇ ਬੰਨੇ ਉਹਨਾਂ ਦੀ ਵੰਡ ਕਰਕੇ ਉਹਨਾਂ ਨੂੰ ਲੰਗਰਾਂ ਦਾ ਪ੍ਰਬੰਧ ਕਰ ਦਿੱਤਾ ਗਿਆ। ਨੌਜਵਾਨਾਂ ਨੂੰ ਤਾਂ ਇਹੀ ਬੇਨਤੀ ਕਰਾਂਗੇ ਵੀ ਇਹ ਸ਼ਤਾਬਦੀਆਂ ਵਾ ਅਤੇ ਆਪਣੇ ਜੀਵਨ 'ਚ ਕੋਈ ਕਰਮਾਂ ਵਾਲੇ ਲੋਕ ਆ ਜਿਨ੍ਹਾਂ ਨੂੰ ਇਹ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਸ਼ਤਾਬਦੀ ਹੁੰਦੀ 100 ਸਾਲ ਬਾਅਦ। ਸੋ ਇਹ ਕਰਮਾਂ ਦੀ ਗੱਲ ਆ, ਆਪਾਂ ਸਾਢੇ 400 ਸਾਲਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਆਪਾਂ ਜਿਹੜਾ ਸ਼ਤਾਬਦੀ ਦੇ ਜੋਤੀ ਜੋਤ ਸੰਬੰਧੀ ਮਨਾ ਰਹੇ ਹਾਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਦਾ ਉਹ ਸ਼ਤਾਬਦੀ ਆਪਾਂ ਮਨਾ ਰਹੇ ਹਾਂ। ਸੋ ਉਹਨਾਂ ਨੂੰ ਇਹੋ ਹੀ ਅਪੀਲ ਆ ਵੀ ਗੁਰੂ ਨਾਲ ਜੁੜਨਾ ਅਤੇ ਹੁੱਲੜਬਾਜ਼ੀ ਨਾ ਕਰਨਾ। ਇੱਥੇ ਜਿਸ ਤਰ੍ਹਾਂ ਸੰਗਤ ਨਿਮਾਣੀ ਹੋ ਕੇ ਆਉਂਦੀ ਆ, ਸਾਨੂੰ ਨਿਮਾਣੇ ਹੋ ਕੇ ਚੱਲ ਕੇ
ਅਤੇ ਲੰਗਰ ਦਾ ਪ੍ਰਸ਼ਾਦਾ ਉਸੇ ਪਿਆਰ ਸਤਿਕਾਰ ਨਾਲ ਜਦੋਂ ਗੁਰੂ ਮਹਾਰਾਜ ਨੇ ਲੰਗਰ ਸ਼ੁਰੂ ਕੀਤਾ ਜੀ, ਜਿਸ ਤਰ੍ਹਾਂ ਇੱਥੇ ਅਕਬਰ ਵਰਗੇ ਬਾਦਸ਼ਾਹ ਨੇ ਆ ਕੇ ਸਿਰ ਝੁਕਾ ਕੇ ਪੁੰਜੇ ਬਹਿ ਕੇ ਲੰਗਰ ਛਕਿਆ ਵਾ, ਸਾਨੂੰ ਉਸ ਸ਼ਰਧਾ ਭਾਵਨਾ ਦੇ ਨਾਲ ਛਕਣਾ ਚਾਹੀਦਾ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਗ੍ਰਹਿਤਾ ਗੱਦੀ ਦਿਵਸ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਜੋਤੀ ਜੋਤ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਚੱਲ ਕੇ ਆ ਰਹੀਆਂ ਨੇ। ਮੈਂ ਸਮਝਦਾ ਵੀ ਇੱਥੇ ਬਹੁਤ ਹੀ ਭਾਰੀ ਉਤਸ਼ਾਹ ਆ ਸੰਗਤਾਂ ਦੇ ਮਤਲਬ ਵੀ ਆਉਣ ਦਾ, ਜਿਹਦੇ ਵਿੱਚ ਅੱਜ ਵੱਖ ਵੱਖ ਥਾਵਾਂ 'ਤੇ ਲੰਗਰਾਂ ਦੇ ਮਤਲਬ ਵੀ ਵੰਡ ਕੀਤੀ ਗਈ ਆ ਕਿ ਹਰ ਰੋਡ ਦੇ ਉੱਤੇ ਹਰ ਪਾਸਿਓਂ ਜਿੱਧਰੋਂ ਜਿੱਧਰੋਂ ਦੀ ਵੀ ਸੰਗਤਾਂ ਦੀ ਆਮਦ ਹੋਣੀ ਉਹਨਾਂ ਦੇ ਲਈ ਆਪਾਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ, ਠੰਡੇ ਮਿੱਠੇ ਜਲਦੀਆਂ ਸਬੀਲਾਂ ਦੇ ਪ੍ਰਬੰਧ ਕੀਤੇ ਗਏ ਨੇ। ਇਸੇ ਹੀ ਤਰ੍ਹਾਂ ਪਾਰਕਿੰਗ ਦੀ ਜਿਹੜੀ ਆ ਵੰਡ ਕੀਤੀ ਗਈ ਆ, ਔਰ ਅੱਜ ਦੀ ਮੀਟਿੰਗ ਦੇ ਵਿੱਚ DSP ਸਾਹਿਬ ਅਤੇ SHO ਸਾਹਿਬ ਵੀ ਪੁੱਜੇ ਸੀਗੇ, ਜਿਨ੍ਹਾਂ ਨੇ ਲੰਗਰ ਕਮੇਟੀਆਂ ਨੂੰ ਵੀ ਬੇਨਤੀ ਕੀਤੀ ਹੈ ਵੀ ਲੰਗਰ ਥੋੜ੍ਹੇ ਰੋਡ ਦੇ ਉੱਤੋਂ ਸਾਈਡ 'ਤੇ ਹਟਵੇਂ ਲਾਏ ਜਾਣ, ਤਾਂ ਜੋ ਕਿਸੇ ਵੀ ਕਿਸਮ ਦੀ ਆ ਸੰਗਤਾਂ ਨੂੰ ਟਰੈਫਿਕ ਦੇ ਵਿੱਚ ਮੁਸ਼ਕਲਾਂ ਨਾ ਆਵੇ, ਕੋਈ ਜ਼ਿਆਦਾ ਜਾਮ ਨਾ ਲੱਗਣ। ਇਸੇ ਹੀ ਤਰੀਕੇ ਨਾਲ ਮਤਲਬ ਜਿਹੜਾ ਵਾ ਵਧੀਆ ਪ੍ਰਬੰਧ ਇੱਥੇ ਗੋਇੰਦਵਾਲ ਸਾਹਿਬ ਦੇ ਕੀਤੇ ਜਾਣ, ਤਾਂ ਜੋ ਸੰਗਤਾਂ ਦੇ ਵਿੱਚ ਔਰ ਵਿਸ਼ਵ ਦੇ ਵਿੱਚ ਇੱਥੋਂ ਦਾ ਇੱਕ ਚੰਗਾ ਮੈਸੇਜ ਜਾਵੇ। ਦੂਸਰੀ ਗੱਲ, ਮੈਂ ਜਿਹੜੇ ਇੱਕ ਆਮ ਨੌਜਵਾਨ ਸਾਡੀ ਪੀੜ੍ਹੀ ਆ, ਉਹ ਜਿੰਨਾ ਕੁ ਉਤਸ਼ਾਹ ਆਪਣੇ ਟਰੈਕਟਰਾਂ ਦੇ ਉੱਤੇ DJ ਵਗੈਰਾ ਲਗਾ ਕੇ ਜਾਂ ਸਾਊਂਡ ਵੱਡੇ ਵੱਡੇ ਲਗਵਾ ਕੇ ਵੱਡੇ ਵੱਡੇ ਸਪੀਕਰ ਲਗਾ ਕੇ ਮੇਲਿਆਂ ਦੇ ਵਿੱਚ ਮਸ਼ਹੂਲੀਅਤ ਕਰਦੇ ਨੇ, ਮੈਂ ਉਹਨਾਂ ਵੀਰਾਂ ਨੂੰ, ਆਪਣੇ ਬੱਚੇ ਆ ਸਾਡੇ, ਸਾਡੇ ਬੱਚੇ ਨੇ, ਸਾਡੇ ਪਰਿਵਾਰਕ ਮੈਂਬਰ ਨੇ, ਮੈਂ ਉਹਨਾਂ ਨੂੰ ਆਪਣੇ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਪੁੱਤਰ ਅਜਿਹਾ ਨਾ ਕਰੋ ਜਿਹਦੇ ਨਾਲ ਤੁਹਾਡੇ ਵੀ ਮੇਲੇ ਦੇ ਵਿੱਚ ਆਇਆ ਕੋਈ ਸਾਨ ਦੇ ਖਿਲਾਫ ਬੋਲੇ ਜਾਂ ਤੁਹਾਡੇ ਆਉਣ ਦੇ ਨਾਲ ਮੇਲੇ ਦੇ ਵਿੱਚ ਸੰਗਤਾਂ ਨੂੰ ਕੋਈ ਦਿੱਕਤ ਆਵੇ, ਅਜਿਹਾ ਕੰਮ ਨਾ ਕਰੋ। ਆਪਾਂ ਨੂੰ DJ ਲਾਉਣ ਲਈ, ਉੱਚੀ ਆਵਾਜ਼ ਵਿੱਚ ਸਪੀਕਰ ਲਾਉਣ ਲਈ ਅੱਗੋਂ ਪਿੱਛੋਂ ਬਹੁਤ ਸਮੇਂ ਮਿਲਦੇ ਨੇ, ਖੁਸ਼ੀਆਂ ਦੇ ਕੰਮਾਂ ਦੇ ਵਿੱਚ ਵੀ ਮਿਲਦੇ ਨੇ। ਇੱਥੇ ਇੱਕ ਨਿਮਾਣੇ ਸਿੱਖ ਦੇ ਵਜੋਂ ਆਪਾਂ ਆਈਏ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਨਿਤਾਣ ਮਿਲਦਾ ਹੈ, ਨਿਥਾਵਿਆਂ ਨੂੰ ਥਾਂ ਮਿਲਦਾ ਹੈ। ਇਹ ਬੜੀ ਇੱਕ ਪਾਕ ਪਵਿੱਤਰ ਧਰਤੀ ਹੈ। ਮੈਂ ਸੋਚਦਾ ਵੀ ਇੱਥੇ ਉੱਚੀ ਆਵਾਜ਼ ਵਿੱਚ ਕਿਸੇ ਨੂੰ ਸ਼ੋਰ ਸ਼ਰਾਬੇ ਦੇ ਨਾਲ ਡਿਸਟਰਬ ਨਾ ਕੀਤਾ ਜਾਵੇ, ਔਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਜੇ ਕੋਈ ਉੱਚੀ ਆਵਾਜ਼ ਦੇ ਵਿੱਚ ਅਜਿਹੇ ਗਾਣੇ ਲਾ ਕੇ ਜਾਂ ਭਾਵੇਂ ਉਹ ਧਾਰਮਿਕ ਹੀ ਗਾਣੇ ਕਿਉਂ ਨਹੀਂ ਲਾਉਂਦੇ, ਪਰੰਤੂ ਜੋਤੀ ਜੋਤ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਆਪਾਂ ਨੂੰ ਅਜਿਹੇ ਨਹੀਂ ਸੋਭਾ ਦਿੰਦੇ। ਅਤੇ ਜਿਹੜੇ ਬੱਚੇ ਸਾਡੇ ਆਉਣੇ ਨੇ ਅਜਿਹਾ ਕਰਕੇ, ਮੈਂ ਉਹਨਾਂ ਪਰਿਵਾਰਕ ਮੈਂਬਰਾਂ ਨੂੰ, ਉਹਨਾਂ ਦੇ ਮਾਂ ਬਾਪ ਨੂੰ ਵੀ ਬੇਨਤੀ ਕਰਦਾ ਵਾਂ ਕਿ ਆਪ ਜੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਭੇਜੋ, ਤਾਂ ਜੋ ਇੱਥੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲਾਂ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।